ਸਿੱਖ ਇਤਿਹਾਸ ਦਾ ਪੰਨਾ ਪੰਨਾ ਕੁਰਬਾਨੀਆਂ ਦੇ ਨਾਲ ਭਰਿਆ ਹੋਇਆ ਹੈ ਅਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਉਸ ਅਨਿੰਨ ਸੇਵਕ ਬਾਬਾ ਮੋਤੀ ਰਾਮ ਮਹਿਰਾ ਦੀ, ਜਿਨ੍ਹਾਂ ਨੂੰ ਮੁਗਲ ਹਕੂਮਤ ਵੱਲੋਂ ਕੋਲੂ ਦੇ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਜਾਂਦਾ। ਜੀ ਹਾਂ, ਠੰਡੇ ਬੁਰਜ ਵਿੱਚ ਜਦੋਂ ਮੁਗਲ ਹਕੂਮਤ ਵੱਲੋਂ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਜਗਤ ਮਾਤਾ ਗੁਜਰੀ ਜੀ ਨੂੰ ਕੈਦ ਰੱਖਿਆ ਜਾਂਦਾ, ਤਾਂ ਉਸ ਸਮੇਂ ਬਾਬਾ ਮੋਤੀ ਰਾਮ ਮਹਿਰਾ ਜੀ ਵੱਲੋਂ ਪੋਹ ਦੀਆਂ ਠੰਡਾ ਰਾਤਾਂ ਦੇ ਵਿੱਚ ਰਾਤ ਸਮੇਂ ਦੁੱਧ, ਗਰਮ ਦੁੱਧ ਛਕਾਉਣ ਦੀ ਸੇਵਾ ਕੀਤੀ ਜਾਂਦੀ ਹੈ। ਅਤੇ ਜਦੋਂ ਇਸ ਗੱਲ ਦਾ ਪਤਾ ਮੁਗਲ ਹਕੂਮਤ ਨੂੰ ਲੱਗਦਾ ਤਾਂ ਉਸ ਵੱਲੋਂ ਪੂਰੇ ਪਰਿਵਾਰ ਸਮੇਤ ਬਾਬਾ ਮੋਤੀ ਰਾਮ ਮਹਿਰਾ ਦੇ ਪੂਰੇ ਪਰਿਵਾਰ ਨੂੰ ਕੋਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਜਾਂਦਾ ਹੈ। ਅਤੇ ਇਸ ਮਹਾਨ ਸ਼ਹੀਦ ਦੀ ਯਾਦਗਾਰ ਗੁਰਦੁਆਰਾ ਬਾਬਾ ਮੋਤੀ ਰਾਮ ਮਹਿਰਾ ਸਥਾਪਿਤ ਕੀਤੀ ਗਈ ਹੈ। ਅਤੇ ਹਰੇਕ ਸਾਲ ਦੀ ਸਪੈਸ਼ਲ ਪ੍ਰੋਗਰਾਮ ਸ਼ਹੀਦੀ ਜੋੜ ਮੇਲ ਦੇ ਮੌਕੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਕਰਵਾਏ ਜਾਂਦੇ ਹਨ। ਕੀ ਪ੍ਰੋਗਰਾਮ ਕਰਵਾਏ ਜਾਂਦੇ ਹਨ, ਕਿੰਨੀ ਕੁ ਸੰਗਤ ਇੱਥੇ ਪਹੁੰਚ ਕੇ ਸ਼ਹੀਦਾਂ ਨੂੰ ਨਤਮਸਤਕ ਹੁੰਦੀ ਹੈ, ਗੱਲ ਜਾਣਕਾਰੀ ਕਰਦੇ ਹਾਂ ਜੀ। ਚੇਅਰਮੈਨ ਸਾਹਿਬ, ਕੀ ਪ੍ਰੋਗਰਾਮ ਇਹਨਾਂ ਦਿਹਾੜਿਆਂ ਦੇ ਮੌਕੇ ਕਰਵਾਏ ਜਾਂਦੇ ਹਨ? ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਉਹਨਾਂ ਦਾ ਸਰਬੰਸ ਪੂਰਾ ਸਿੱਖ ਕੌਮ ਵਾਸਤੇ, ਪੂਰੀ ਸਮਾਜ ਕੌਮ ਵਾਸਤੇ ਜਿਹੜਾ ਕੁਰਬਾਨ ਹੋ ਗਿਆ। ਪੋਹ ਦਾ ਮਹੀਨਾ ਜਿਹੜਾ ਹਰ ਸਾਲ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਪਰ 11-12 ਅਤੇ 13 ਪੋਹ ਨੂੰ ਜਿਹੜਾ ਸ਼ਹੀਦੀ ਜੋੜ ਮੇਲ ਹੁੰਦਾ, ਆਰੰਭ ਹੁੰਦਾ ਹਰ ਸਾਲ, ਤਾਂ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਆ ਕੇ ਪੂਰੇ ਇੱਥੇ ਫਤਿਹਗੜ੍ਹ ਸਾਹਿਬ ਜੋਤੀ ਸਰੂਪ, ਜਿੱਥੇ ਬਾਬਾ ਜੀ ਦੇ ਬੱਚਿਆਂ ਨੂੰ ਨੀਹਾਂ 'ਚ ਚੜਾਇਆ, ਉਹ ਸਾਰੇ ਨਮਸਤਕ ਹੁੰਦੇ ਨੇ। ਉਹਦੇ ਨਾਲ ਨਾਲ ਹੀ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ, ਜਿਹੜੇ ਗੁਰੂ ਸਾਹਿਬ ਦੇ ਆਨੰਦ ਸੇਵਕ ਸਨ, ਜਿਨ੍ਹਾਂ ਦੀ ਬੜੀ ਮਹਾਨ ਕੁਰਬਾਨੀ ਆ। ਬਾਬਾ ਮੋਤੀ ਰਾਮ ਮਹਿਰਾ ਜੀ ਦੇ ਇਤਿਹਾਸ ਬਾਰੇ, ਉਹਨਾਂ ਦੇ ਜੀਵਨ ਪ੍ਰਤੀ ਮੈਂ ਸਮਝਾਂ ਕਿ ਜੇ ਪੂਰਾ ਵਿਸਤਾਰ ਨਾ ਦਿੱਤਾ ਹੋਵੇ ਤਾਂ ਬਹੁਤ ਸਮਾਂ ਲੱਗੂਗਾ। ਬਾਬਾ ਮੋਤੀ ਰਾਮ ਮਹਿਰਾ ਜੀ ਸਰਹੰਦ ਦੀ ਧਰਤੀ 'ਤੇ, ਸੂਬਾ ਸਰਹੰਦ ਕੋਲ ਹਿੰਦੂ ਸਿੱਖ ਕੈਦੀਆਂ ਵਾਸਤੇ ਖਾਣਾ ਬਣਾਉਣ ਦਾ ਕੰਮ ਕਰਦੇ ਸਨ, ਰਸੋਈਏ ਸਨ। ਅਤੇ ਜਦੋਂ ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਨੂੰ ਸੂਬਾ ਸਰਹੰਦ ਨੇ ਠੰਡੇ ਬੁਰਜ ਵਿੱਚ ਕੈਦ ਕਰ ਰੱਖਿਆ ਹੋਇਆ ਸੀ, ਉਸ ਸਮੇਂ ਸੂਬਾ ਸਰਹੰਦ ਨੇ ਛੋਟੇ ਸਾਹਿਬਜ਼ਾਦੇ ਨੂੰ ਬੜੇ ਲਾਲਚ ਦਿੱਤੇ ਕਿ ਉਹ ਆਪਣਾ ਮੁਸਲਮਾਨ ਬਣਨ, ਧਰਮ ਤਬਦੀਲ ਕਰ ਲੈਣ, ਲੇਕਿਨ ਉਹ ਨਾ ਮੰਨੇ। ਅਤੇ ਜਦੋਂ ਸੂਬਾ ਸਰਹੰਦ ਨੇ ਹੁਕਮ ਕੀਤਾ ਕਿ ਜਿਹੜੇ ਬੱਚੇ ਨੇ ਔਰ ਮਾਤਾ ਜੀ, ਜਿਹੜਾ ਇਹ ਕੈਦੀਆਂ ਵਾਲਾ ਹੀ ਖਾਣਾ ਖਾਣਗੇ, ਹੋਰ ਕੋਈ ਖਾਣਾ ਨਹੀਂ ਖਾ ਸਕਦੇ। ਅਤੇ ਉਸ ਸਮੇਂ ਜਦੋਂ 3 ਦਿਨ ਦੇ ਮਾਤਾ ਜੀ ਬੱਚਿਆਂ ਨੇ ਸਰਕਾਰੀ ਖਾਣੇ ਨੂੰ ਖਾਣ ਤੋਂ ਇਨਕਾਰ ਕਰ ਦਿੱਤਾ, ਅਤੇ ਬਾਬਾ ਮੋਤੀ ਰਾਮ ਮਹਿਰਾ ਜੀ ਨੇ ਪਤਾ ਲੱਗਿਆ ਕਿ ਇਹ ਚੀਜ਼ ਦਾ ਜਿਹੜਾ ਬੱਚੇ ਅਤੇ ਮਾਤਾ ਜੀ ਭੁੱਖਣ ਪਾਣੇ ਨੇ, ਉਹਨਾਂ ਨੇ ਆਪਣੇ ਘਰ ਦੇ ਵਿੱਚ ਆਪਣੇ ਪਰਿਵਾਰ ਨਾਲ ਗੱਲ ਕੀਤੀ, ਤਾਂ ਇਸੇ ਤਰ੍ਹਾਂ ਹੀ ਉਹ ਜਦੋਂ ਪਰਿਵਾਰ ਨੂੰ ਸਹਿਮਤ ਕਰ ਲਿਆ, ਅਤੇ ਬਾਬਾ ਜੀ ਨੇ ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਨੂੰ 3 ਦਿਨ ਦੁੱਧ ਦੀ ਸੇਵਾ ਕਰਦੇ ਰਹੇ। ਉਸ ਸੇਵਾ ਦੇ ਬਦਲੇ ਹੀ ਪੂਰੇ ਪਰਿਵਾਰ ਨੂੰ ਕੁਲਾੜੀ 'ਚ ਪੀੜ ਕੇ ਸ਼ਹੀਦ ਕਰ ਦਿੱਤਾ। ਇਹ ਉਹਨਾਂ ਮਹਾਨ ਸ਼ਹੀਦਾਂ ਦਾ ਸਥਾਨ ਆ, ਉਹਨਾਂ ਦੀ ਯਾਦਗਾਰ ਵਾਸਤੇ ਇੱਥੇ ਉਹ ਮਹਾਨ ਪਵਿੱਤਰ ਗਲਾਸ ਨੇ, ਜਿਨ੍ਹਾਂ ਗਲਾਸਾਂ ਦੇ ਵਿੱਚ ਬਾਬਾ ਜੀ ਨੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਜੀ ਨੂੰ ਠੰਡੇ ਬੁਰਜ ਦੇ ਵਿੱਚ ਦੁੱਧ ਦੀ ਸੇਵਾ ਕੀਤੀ ਸੀ, ਉਹ ਗਲਾਸ ਸ਼ੋਭਿਤ ਨੇ। ਚੇਅਰਮੈਨ ਸਾਹਿਬ, ਇਹਨਾਂ ਸ਼ਹੀਦੀ ਦਿਹਾੜਿਆਂ ਦੇ ਮੌਕੇ ਗੁਰਦੁਆਰਾ ਸਾਹਿਬ ਦੇ ਵਿੱਚ ਹੋਰ ਕੀ ਸਮਾਗਮ ਉਲੀਕੇ ਜਾਂਦੇ ਆ? ਅਤੇ ਜਦੋਂ ਕਿ ਸੰਗਤਾਂ ਵੱਡੀ ਗਿਣਤੀ ਦੀ ਵਿੱਚ ਆਉਂਦੀਆਂ ਅਤੇ ਬਾਹਰ ਠੰਡੇ ਗਰਮ ਦੁੱਧ ਦੀ ਸੇਵਾ ਵੀ ਚੱਲ ਰਹੀ ਹੈ 3 ਦਿਨ, ਇਹਨਾਂ ਸਮਾਗਮਾਂ ਦੇ ਵਿੱਚ ਸਾਲਾਨਾ ਹੀ ਸਭ ਤੋਂ ਪਹਿਲਾਂ ਤਾਂ ਗੁਰਦੁਆਰਾ ਬਾਰ ਸਾਹਿਬ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਦੁੱਧ ਦੇ ਲੰਗਰ ਲੱਗਦੇ ਨੇ, ਸੰਗਤਾਂ ਵੱਲੋਂ ਵੀ ਲਾਏ ਜਾਂਦੇ ਨੇ, ਅਤੇ ਟਰੱਸਟ ਵੱਲੋਂ ਅਸੀਂ ਆਪਣੇ ਸੰਗਤਾਂ ਦੇ ਰਹਿਣ ਬਹਿਣ ਵਾਸਤੇ ਇੱਥੇ
ਕਮਰਿਆਂ ਦਾ ਪ੍ਰਬੰਧ ਕੀਤਾ ਹੋਇਆ, ਸੰਗਤਾਂ ਦੀ ਸਹੂਲਤ ਵਾਸਤੇ ਠਹਿਰਨ ਵਾਸਤੇ ਜਿਹੜੀਆਂ ਸਰਾਂ ਬਣੀਆਂ ਹੋਈਆਂ ਨੇ ਤਾਂ ਕਿ ਸੰਗਤਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਤਕਲੀਫ਼ ਨਾ ਆਵੇ। ਇਸ ਸ਼ਹੀਦੀ ਯਾਦਗਾਰ ਦੇ ਵਿੱਚ ਸੰਗਤਾਂ ਦੀ ਸਹੂਲਤ ਵਾਸਤੇ ਅਸੀਂ ਸੋਲਰ ਸਿਸਟਮ ਜੋ ਕਿ ਸਹੂਲਤ ਹੁੰਦੀ ਉਹਦੇ ਵਾਸਤੇ ਸਟੀਮ ਵਾਲੇ ਪਲਾਂਟ ਲਾਏ ਹੋਏ ਨੇ। ਇੱਥੇ ਮਸ਼ੀਨ ਜਿਹੜੀ ਰੋਟੀਆਂ ਬਣਾਉਣ ਵਾਲੀ ਜਿਹੜੀ ਮਸ਼ੀਨ ਆ ਉਹ ਵੀ ਰੱਖੀ ਹੋਈ ਆ ਤਾਂ ਕਿ ਲੋਕਾਂ ਨੂੰ ਸਹੂਲਤ ਮਿਲ ਸਕੇ। ਤੋ ਇੱਥੇ ਰਾਗੀ ਢਾਡੀ ਜਿਹੜੇ ਗੁਰੂ ਸਾਹਿਬ ਦੇ ਇਤਿਹਾਸ ਨੂੰ ਲੋਕਾਂ ਨੂੰ ਜਾਣਕਾਰੀ ਦਿੰਦੇ, ਆਉਣ ਵਾਲੀ ਜਨਰੇਸ਼ਨ ਉਹਨਾਂ ਨੂੰ ਜਾਣਕਾਰੀ ਮਿਲਦੀ ਹੈ, ਅਤੇ ਔਰ ਬਾਬਾ ਮੋਤੀ ਰਾਮ ਮਹਿਰਾ ਜੀ ਦੇ ਜੀਵਨ ਪ੍ਰਤੀ ਵੀ ਕਿ ਉਹਨਾਂ ਦੀ ਕਿੱਡੀ ਵੱਡੀ ਮਹਾਨ ਕੁਰਬਾਨੀ ਆ। ਰਾਗੀ ਢਾਡੀ ਕਥਾ ਵਾਚਕ ਸਾਰੇ ਉਹਨਾਂ ਦੇ ਜੀਵਨ 'ਤੇ ਦੱਸ ਕੇ ਲੋਕ ਸੰਗਤਾਂ ਨੂੰ ਚਾਨਣਾ ਪਾਉਂਦੀਆਂ। ਸੋ ਬਿਲਕੁਲ ਜੀ, ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਗੁਰਦੁਆਰਾ ਸਾਹਿਬ ਦੇ ਵਿੱਚ ਸ਼ਹੀਦੀ ਦੇ ਦਿਹਾੜਿਆਂ ਦੇ ਮੌਕੇ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਵੀ ਲਿਖੇ ਜਾਂਦੇ ਹਨ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਇਸ ਪਵਿੱਤਰ ਸਥਾਨ 'ਤੇ ਨਤਮਸਤਕ ਹੋਣ ਲਈ ਆਉਂਦੀਆਂ ਹਨ ਅਤੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕਰਦੀਆਂ ਹਨ। ਜਗਦੇਵ ਸਿੰਘ, ਪੱਤਰਕਾਰ, ਫਤਿਹਗੜ੍ਹ ਸਾਹਿਬ।